ਅਸੀਂ 20-25 ਜਾਣੇ ਹੁੰਦੇ ਸੀ। ਸ਼ੁਰੂ ਵਿੱਚ ਸਿਰਫ ਬਣਨ ਵਾਲੇ, ਸਿਰਫ ਕਿਉਂਕਿ ਇੱਥੋਂ ਤਾਂ ਮੈਂ ਵਾਕਫ ਨਹੀਂ ਸੀਗਾ। ਬਣਨ ਵਾਲੇ ਮੇਰੇ ਦੋਸਤ ਜਿਹੜੇ ਸੀਗੇ, ਮੈਂ ਉਹਨਾਂ ਨੂੰ ਹੀ ਪ੍ਰੇਰਿਆ ਬਈ ਆਪਾਂ ਸਤਸੰਗ ਕਰਦੇ ਆਏ ਹਾਂ, ਹੁਣ ਤਾਂ ਔੜ ਪੈ ਗਈ ਹੈ, ਸੁੱਕ ਗਏ, ਆਪਾਂ ਫਿਰ ਸਤਸੰਗ ਸ਼ੁਰੂ ਕਰੀਏ। ਅਤੇ ਸਤਸੰਗ ਸ਼ੁਰੂ ਹੋ ਗਿਆ ਅਤੇ ਗੁਰੂ ਨੇ ਐਸੀ ਕਿਰਪਾ ਕੀਤੀ, ਮਹਾਨ ਕਿਰਪਾ ਕੀਤੀ, ਮਹਾਨ ਬਖਸ਼ਿਸ਼ ਕੀਤੀ ਕਿ ਹੁਣ ਐਡਾ ਵੱਡਾ ਹਾਲ। ਮੈਂ ਤਾਂ ਛੋਟਾ ਜਿਹਾ ਬਣਾਉਣਾ ਸੀਗਾ, ਅਤੇ ਕਿਸੇ ਨੇ ਨਹੀਂ, ਗੁਰੂ ਨਾਨਕ ਨੇ ਆਪ ਮੈਨੂੰ ਕਿਸੇ ਮੂੰਹ ਨਹੀਂ ਇਹਦਾ ਨਹੀਂ ਬਸ ਨਹੀਂ ਹੋਵੇਗਾ। ਅੱਜ ਮੈਂ ਦੇਖਦਾ ਸਾਰਾ ਹਾਲ ਭਰਿਆ ਪਿਆ, ਇਹ ਗੁਰੂ ਦੀਆਂ ਮਿਹਰਾਂ, ਇਹ ਗੁਰੂ ਦੀਆਂ ਬਖਸ਼ਾਂ ਨਾਲ। ਜਦੋਂ ਮੈਂ ਦੇਖਦਾ ਹਾਂ ਕਿ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਗੁਰੂ ਦਾ ਪਿਆਰ ਦਾ ਰੰਗ, ਪ੍ਰੇਮ ਸਵਪਨਾ ਦੀ ਖੁਸ਼ਬੂਆਂ ਪ੍ਰਦੇਸਾਂ ਵਿੱਚ ਜਦੋਂ ਫੈਲ ਗਈਆਂ, ਅਤੇ ਮੈਂ ਕਹਿੰਦਾ ਧੰਨ ਗੁਰੂ ਨਾਨਕ, ਧੰਨ ਤੇਰੀ ਮਿਹਰ, ਧੰਨ ਪਰ ਤੇਰੀ ਬਖਸ਼ਿਸ਼। ਇੱਕ ਇਨਸਾਨ ਦੇ ਕਰਨ ਵਾਲੀ ਗੱਲ ਨਹੀਂ ਹੈ, ਇਹ ਕ੍ਰਿਸ਼ਮਾ ਸਿਰਫ ਗੁਰੂ ਨਾਨਕ ਸਾਹਿਬ ਆਪ ਕਰ ਸਕਦੇ ਹੈ, ਔਰ ਉਹਨਾਂ ਨੇ ਕਰਕੇ ਦਿਖਾ ਦਿੱਤਾ। ਇਹ ਗੁਰੂ ਨਾਨਕ ਦੇ ਘਰ ਦੀ ਕਲਾ ਵਰਤ ਰਹੀ ਹੈ, ਇਹ ਕਲਾ ਇੰਨੀ ਉੱਚੀ ਸੁੱਚੀ ਕਲਾ, ਇੰਨੀ ਮਿਹਰ, ਇੰਨੇ ਪਿਆਰ ਦੇ ਗੱਫੇ, ਨਾਮ ਪਾਣੀ ਦੇ ਗੱਫੇ। ਤੁਸੀਂ ਐਡੀ ਦੂਰੋਂ ਲਾਹਾ ਲੈਣ ਲਈ ਆਏ ਹੋ, ਨੌ 10 ਦਿਨ ਹੋ ਗਏ, ਅਤੇ ਇਹ ਪਤਾ ਨਹੀਂ ਕਿੰਨੇ, ਕਿਸੇ ਨੇ ਥੋੜ੍ਹੇ, ਕਿਸੇ ਨੇ ਬਹੁਤੇ ਲਾਹੇ ਲਏ। ਇਹਨਾਂ ਦੇ ਮਨ ਸ਼ਰਸ਼ਾਰ ਹੋਏ, ਇਹਨਾਂ 'ਤੇ ਬਖਸ਼ਾਂ ਬੇਅੰਤ ਹੋਈਆਂ ਹੈ। ਕਿੱਥੇ ਕੈਨੇਡਾ, ਕਿੱਥੇ ਅਮਰੀਕਾ, ਕਿੱਥੇ ਅਫਰੀਕਾ, ਇੰਗਲੈਂਡ, ਇੱਧਰ ਸਾਰੇ ਮੁਲਕਾਂ 'ਚ ਪਤਾ ਨਹੀਂ ਕਿਵੇਂ ਹੋ ਗਿਆ ਹੈ। ਮੈਂ ਤਾਂ ਦੇਖ ਦੇਖ ਕੇ ਅਚਰਜ ਸਤਿਗੁਰੂ ਨਾਨਕ ਦੀ ਕਲਾ ਦੇਖ ਦੇਖ ਕੇ ਮੈਂ ਹੈਰਾਨ ਅਤੇ ਸ਼ਰਸ਼ਾਰ ਹੋ ਰਿਹਾ ਹਾਂ। ਇਹ ਤੇਰੀ ਕਲਾ ਕਿਵੇਂ ਵਰਤ ਰਹੀ ਹੈ? ਇਹ ਇਨਸਾਨ ਦੀ ਕਲਾ ਨਹੀਂ ਹੈ, ਇਹ ਗੁਰੂ ਨਾਨਕ ਦੀ ਆਪਣੀ ਕਲਾ ਵਰਤ ਰਹੀ ਹੈ। ਇਹ ਜੇ ਜੇ ਸਤਸੰਗ ਦੇ ਵਿੱਚ ਉੱਚੀ ਸੁੱਚੀ ਹਰੀ ਦੇ ਰੰਗ ਵਾਲੀ, ਪ੍ਰੇਮ ਸਵਪਨਾ ਵਾਲੀ, ਨਾਮ ਵਾਲੀ, ਨਾਮ ਰੰਗ ਵਾਲੀ, ਪਿਆਰ ਰੰਗ ਵਾਲੀ, ਇੱਡੀ ਉੱਚੀ ਸੁੱਚੀ ਸੰਗਤ ਇਸ ਕਲਯੁਗ ਦੇ ਵਿੱਚ, ਇਹ ਉਸਦੀ ਕਲਾ ਨੇ ਵਰਤਾਈ ਹੈ, ਉਹਦੀ ਮਿਹਰ ਹੈ। ਕਿਉਂਕਿ ਸਾਰੇ ਅੱਗ ਲੱਗੀ ਪਈ ਹੈ, ਇਸ ਇਸ ਸੱਚਖੰਡ ਦੀ ਜ਼ਰੂਰਤ ਸੀ। ਗੁਰੂ ਸਾਹਿਬ ਨੂੰ ਪਤਾ ਸੀ ਇਹ ਮੈਨੂੰ ਫੜ ਕੇ, ਮੂਰਖ ਨੂੰ ਫੜ ਕੇ ਮੂਹਰੇ ਲਾ ਦਿੱਤਾ, ਅਤੇ ਇਹ ਕਲਾ ਵਰਤ ਗਈ। ਉਹ ਮੇਰੀ ਆਪਣੀ ਕੋਈ ਕਲਾ ਨਹੀਂ ਹੈ, ਮੈਂ ਅਨਪੜ੍ਹ ਜਿਹਾ ਬੰਦਾ ਹਾਂ, ਮੈਨੂੰ ਕੋਈ ਨਹੀਂ ਗੁਰਮਤ ਦਾ ਕੁਛ ਨਹੀਂ ਆਉਂਦਾ। ਆਪ ਹੀ ਕਿਸੇ ਮਹਾਂਪੁਰਖ ਦੇ ਜ਼ਰੀਏ ਮੈਨੂੰ ਗੁਰਬਾਣੀ ਦਾ ਲੜ ਫੜਾ ਦਿੱਤਾ, ਅਤੇ ਉਹਦੀ ਖੋਜ ਕਰਕੇ ਜਦੋਂ ਮੈਂ ਕੀਤੀ, ਮੈਨੂੰ ਮਹਿਸੂਸ ਹੋਇਆ ਕਰੇ ਕਿ ਹੈ ਇੱਡੀ ਉੱਚੀ ਬਾਣੀ, ਇਹ ਤਾਂ ਦੂਸਰੇ ਦੇਸ਼ ਦੀ ਬਾਣੀ ਹੈ, ਇਹ ਕਲਯੁਗ ਚੋਂ ਕੱਢ ਕੇ ਸਾਨੂੰ ਸੱਚਖੰਡ ਵਿੱਚ ਪਹੁੰਚਾਉਣ ਵਾਲੀ ਬਾਣੀ ਦਾ ਅਸੀਂ ਕਦਰ ਕੀਮਤ ਨਹੀਂ ਪਾਈ। ਮੈਨੂੰ ਬੜਾ ਦੁੱਖ ਹੋਇਆ ਕਰੇ। ਫਿਰ ਉਸ ਮੇਰੇ ਹਿਰਦੇ ਦੇ ਦੁੱਖ ਨੂੰ, ਤਕਲੀਫ ਜੇ ਮੈਨੂੰ ਫੀਲ ਹੁੰਦੀ ਸੀ, ਉਹ ਪਹਿਲਾਂ ਸਤਸੰਗ ਦੇ ਵਿੱਚ ਇਹ ਜਵਾਨੀ ਮੈਂ ਗੁਰਬਾਣੀ ਹੈ
ਤੁਕਾਂ ਸੁਣਾਉਣੀ ਹੈ ਨਾਲ ਉਹਦੀ ਵਿਆਖਿਆ ਕਰਨੀ। ਮਗਰ ਗੁਰਬਾਣੀ ਇੰਨੀ ਉੱਚੀ ਇੰਨੀ ਡੂੰਘੀ ਹੈ ਕਿ ਹਰ ਇੱਕ ਦੇ ਵਿਆਖਿਆ ਕੀਤੇ ਤੋਂ ਵੀ ਲੋਕਾਂ ਦੇ ਪੱਲੇ ਨਹੀਂ ਪੈਂਦਾ। ਤੇ ਫਿਰ ਮੈਨੂੰ ਕਿਸੇ ਨੇ ਕਿਹਾ, ਕਿਸੇ ਮਹਾਂਪੁਰਖ ਨੇ ਕਾਹਨੂੰ ਕਿਹਾ, ਕਿਸੇ ਗੁਰੂ ਨਾਨਕ ਨੇ ਕਹਾਇਆ ਕਿ ਜ਼ੁਬਾਨੀ ਬੋਲਦਾ ਜੀ 400-200 ਆਦਮੀ ਸੁਣਨਗੇ, ਉਹ ਵੀ ਉੱਥੇ ਜਾ ਕੇ ਦਰਵਾਜ਼ਾ ਬਾਹਰ ਨਿਕਲ ਕੇ ਭੁੱਲ ਜਾਣਗੇ। ਬੰਦੇ ਪਲ ਕੁਛ ਨਹੀਂ ਜਾਣਾ। ਜੇਕਰ ਤੁਸੀਂ ਲਿਖਤਾਂ ਵਿੱਚ ਲੈ ਆਓ ਇਹਨਾਂ ਨੂੰ, ਆਪਣੇ ਵਿਚਾਰਾਂ ਨੂੰ, ਤੇ ਇਹ ਸਦਾ ਮੇਰੀ ਸੰਗਤਾਂ ਨੂੰ ਅਗਵਾਈ ਦੇ ਸਕਦੀ ਹੈ, ਜੀਵਨ ਸੇਧ ਦੇ ਸਕਦੀ ਹੈ। ਤੇ ਮੈਨੂੰ ਪੰਜਾਬੀ ਨਹੀਂ ਆਉਂਦੀ, ਚਿੱਠੀ ਲਿਖਣੀ ਨਹੀਂ ਆਉਂਦੀ ਪੰਜਾਬੀ, ਤੇ ਗੁਰੂ ਸਾਹਿਬ ਨੇ ਆਪੇ ਛੱਡੀ ਰੱਖਦੇ ਆ, ਲੇਖ ਲਿਖਾ ਦਿੱਤੇ ਆ। ਮੈਨੂੰ ਚਿੱਠੀ ਲਿਖਣੀ ਨਹੀਂ ਸੀ ਆਉਂਦੀ, ਖਬਰਾਂ ਕਿੱਥੋਂ ਇਹ ਪੰਜਾਬੀ ਆ ਗਈ, ਕਿੱਥੋਂ ਇਹ ਲਫ਼ਜ਼ ਆ ਗਏ, ਕਿੱਥੋਂ ਕੀ ਕੁਛ ਆ ਗਿਆ, ਮੈਨੂੰ ਨਹੀਂ ਪਤਾ। ਪਰ ਮੈਨੂੰ ਤਾਂ ਇਹ ਪਤਾ ਹੈ ਕਿ ਹੁਣ ਮੈਨੂੰ ਚਿੱਠੀਆਂ ਆਉਂਦੀਆਂ ਇਹਨਾਂ ਲੇਖਾਂ ਦੇ ਬਾਬਤ, ਉਹ ਕਹਿੰਦੀ ਸਾਰੀ ਉਮਰ ਅਸੀਂ ਪਤਸੰਗ ਕਰਦੇ ਰਹੇ, ਜੀਵਨ ਸੇ ਦਾ ਪਤਾ ਨਹੀਂ ਲੱਗਿਆ ਤੁਹਾਡੇ ਲੇਖਾਂ ਦਾ, ਪਰ ਕੇ ਜੀਵਨ ਸੇਧ ਮਿਲਿਆ ਤੇ ਗੁਰਬਾਣੀ ਦੀ ਡੂੰਘਾਈ ਵਿੱਚ ਗੁਰਬਾਣੀ ਦੀ ਕਦਰ ਕੀਮਤ ਹੋਈ, ਤੇ ਹੁਣ ਉਹੀ ਬਾਣੀ ਪੜ੍ਹਦੇ ਆ ਅੱਗੇ ਉੱਪਰ ਹੀ ਲੰਘ ਜਾਣਾ, ਤੇ ਹੁਣ ਉਹੀ ਬਾਣੀ ਹੈ ਜਿਹਨੂੰ ਕੀ ਕਰਦਾ ਵੀ ਧੰਨ ਹੈ ਗੁਰੂ ਨਾਨਕ, ਧੰਨ ਤੇਰੀ ਬਾਣੀ, ਬਾਣੀ ਸੱਚੀ ਮੁੱਚੀ ਗੁਰੂ ਹੈ। ਤੇ ਗੁਰਬਾਣੀ ਦੀ ਕਦਰ ਵੱਧ ਗਈ, ਕੀਮਤ ਵੱਧ ਗਈ, ਤੇ ਹੁਣ ਉਹ ਕਹਿੰਦੇ ਵੀ ਸਾਡਾ ਜੀ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਇੰਨੀ ਪਿਆਰ ਹੋ ਗਿਆ ਗੁਰਬਾਣੀ ਦਾ ਲਿਖਣ ਨੂੰ। ਚਿੱਠੀਆਂ ਮੇਰੇ ਕੋਲ ਪਈਆਂ ਬੜੀਆਂ ਕਮਾਲ ਦੀਆਂ ਚਿੱਠੀਆਂ, ਕਹਿੰਦੇ ਵੀ ਹੁਣ ਗੁਰੂ ਗ੍ਰੰਥ ਗੁਰਬਾਣੀ ਨੂੰ ਮੱਥਾ ਟੇਕਣ ਨੂੰ ਜੀ ਕਰਦਾ ਹੈ, ਮੱਥਾ ਟੇਕ ਕੇ ਫਿਰ ਸਿਰ ਚੁੱਕਣੋਂ ਜੀ ਨਹੀਂ ਕਰਦਾ, ਇੰਨੀ ਵਡਿਆਈ ਹੈ, ਇੰਨਾ ਇਹਦੇ ਵਿੱਚ ਰੰਗ ਹੈ, ਇੰਨਾ ਰਸ ਹੈ। ਤਾਂ ਦੂਸਰੀ ਦੁਨੀਆਂ ਦੇ ਸੁਨੇਹੇ ਅਜਲ ਦੇ ਸੁਨੇਹੇ ਗੁਰਬਾਣੀ ਦੇ ਵਿੱਚ, ਇਹਦੀ ਕੀਮਤ ਨਹੀਂ ਪਾਈ ਸਿੱਖਾਂ ਨੇ, ਹੋਰਨਾਂ ਤਾਂ ਕੀ ਹੈ, ਹੋਰਨਾਂ ਤਾਂ ਕੀ, ਅਸੀਂ ਗੁਰਬਾਣੀ ਦਾ ਜਨਮ ਦੇਣਾ, ਆਪ ਵੀ ਨਹੀਂ ਲਿਆ। ਤੇ ਇਸ ਹਾਲਤ ਵਿੱਚ ਮੇਰੇ ਅੰਦਰ ਕੋਈ ਲਗਨ ਸੀ, ਕੋਈ ਅਰਥ ਸੀ ਕਿ ਹੈ ਗੁਰਬਾਣੀ ਦੀ ਇੰਨੀ ਉੱਚੀ ਇਹਦੇ ਜਗ ਵਾਸਤੇ ਚਾਨਣ ਬਣਾਈ ਹੋਈ ਹੈ, ਇਸ ਦੇ ਇਹ ਕਿਵੇਂ ਲੋਕਾਂ ਤਾਈਂ ਇਹਨਾਂ ਦੀ ਡੂੰਘਾਈ ਦਾ ਇਹਦੀ ਕਦਰ ਕੀਮਤ ਕਿਵੇਂ ਦਰਸਾਈ ਜਾਵੇ। ਤੇ ਫਿਰ ਲਿਖਣਾ ਸ਼ੁਰੂ ਕਰਤਾ। ਮੈਂ ਪਹਿਲਾਂ ਲੇਖ ਲਿਖਿਆ ਸ਼ਬਦ ਦੇ ਉੱਤੇ ਤਿੰਨ ਸਫ਼ੇ, ਉਹ ਇੱਥੇ ਮਹਾਂਪੁਰਖ ਕਿਤੇ ਹੋਣੇ ਆ, ਗਿਆਨੀ ਲਾਲ ਸਿੰਘ, ਤੇ ਉਹਨਾਂ ਨੇ ਕਿਸੇ ਇੱਥੇ ਸੁਣਾਉਣ ਦੇ ਕੋਲ ਉਗਰਾਹਾਂ ਪਿੰਡ ਹੈ, ਉੱਥੇ ਸਮਾਗਮ ਸੀਗਾ। ਤੇ ਮੈਂ ਡਰਦੇ ਮੈਂ ਕਿਹਾ ਇਹ ਤਾਂ ਗਿਆਨੀ ਹੈ, ਮੈਂ ਤਾਂ ਕੁਛ ਵੀ ਨਹੀਂ ਹੈ। ਤੇ ਮੈਂ ਘਬਰਾਉਂਦੇ ਉਹਨੂੰ ਪੜ੍ਹ ਕੇ ਸੁਣਾਇਆ ਸੰਗਤ ਵਿੱਚ, ਤੇ ਉਹਨਾਂ ਨੇ ਮੈਨੂੰ ਬੜੀ ਸ਼ਾਬਾਸ਼ੀ ਦਿੱਤੀ, ਬਹੁਤ ਉਤਸ਼ਾਹ ਦਿੱਤਾ ਕਿ ਹਾਂ ਇਹ ਲਿਖੀ ਜਾਓ, ਇਹ ਇਸ ਤਰ੍ਹਾਂ ਦਾ ਨਹੀਂ ਕੋਈ ਲੇਖ ਸੇ ਲਿਖਿਆ ਕਿਸੇ ਨੇ ਅੱਜ ਤਾਈਂ, ਹੋਰ ਲਿਖੋ। ਹਰ ਇੱਕ ਨੂੰ ਮੈਂ ਉਹ ਜੋ ਪੜ੍ਹਦੇ ਸੀ ਮੈਨੂੰ ਸ਼ਾਬਾਸ਼ੀ, ਮੈਨੂੰ ਹੌਸਲਾ ਦਿੰਦੇ ਸੀ ਹਾਂ ਵੀ ਇਹ ਸਹੀ ਰਸਤਾ। ਤੇ ਫਿਰ ਇਹ ਤੁਹਾਡੇ ਸਾਹਮਣੇ 100 ਲੇਖ ਤਿਆਰ ਹੋ ਗਿਆ। ਕੀ ਹੈ ਲੋਕ ਕਹਿੰਦੇ ਲੈ ਗੁਰਬਾਣੀ ਦੀ ਹੁੰਦੀ ਆ, ਲਿਖਣ ਦੀ ਕੀ ਲੋੜ ਹੈ ਭਾਈ? ਠੀਕ ਹੈ ਗੁਰਬਾਣੀ ਤਾਂ ਇੱਥੇ ਸਕੂਲਾਂ ਦੀਆਂ ਪ੍ਰੈਸਕ੍ਰਾਈਬਡ ਬੁੱਕਸ ਹੁੰਦੀਆਂ ਕਲਾਸਾਂ ਦੀਆਂ, ਮਗਰ ਉਹ ਏਡ ਬੁੱਕਸ ਨਾ ਹੁੰਦੀਆਂ, ਉਹ ਜ਼ਿਆਦਾ ਪੜ੍ਹਦੇ ਆ ਲੋਕ, ਪ੍ਰੈਸਕ੍ਰਾਈਬਡ ਬੁੱਕਸ ਨਹੀਂ ਪੜ੍ਹਦੇ। ਖੈਰ ਕੁਛ ਵੀ ਹੈ,
अजे भी मेरे हिरदे इन्ना कुछ आंदा है उपरों आंदा है गुरु नानक दी बख्शिश हुंदी है कि जे मैं हजारा साल जिंदा रहा तो ये मुक्कण वाली दात है, रब की दात ते मुक्कण वाली है। मगर मेरी उम्र 72 साल दी सी, चाले पा जाना सी, पर गुरु नानक ने गुरु नानक बख्शिश द्वारा एक काम करवाना सीगा, अपनी बख्शिश द्वारा अपनी मेरी कलम फड़ के आप लिखवाया, ते तुसी पढ़ो ते फिर थानू गुरबाणी इन्नी प्यारी लगेगी, खूब दी जाएगी। ते इत्थे 100 लेख बड़ी मुश्किल ना, हुण फिर श्री बिरद हो गया ते हुण मैं लिख नहीं सकता, मगर अंदर बड़ा खुश आता है, तो रो आता है, पता नहीं की है।